ਉਧਰ ਕੈਨੇਡਾ ਦੀ ਬੇਰੋਜ਼ਗਾਰੀ ਜਿਹੜੀ ਦਰ ਹੈ ਉਹ ਕਾਫੀ ਜ਼ਿਆਦਾ ਹੇਠਾਂ ਡਿੱਗ ਗਈ ਹੈ 5.2 ਫੀਸਦੀ ਦੇ ਸਾਧਨ ਨਾਲ ਹੇਠਾਂ ਡਿੱਗੀ ਹੈ ਅਪ੍ਰੈਲ ਦੇ ਮਹੀਨੇ ਦੀ ਇਹ ਰਿਪੋਰਟ ਹੈ ਜਿਸ ਵਿੱਚ ਬੇਰੋਜ਼ਗਾਰੀ ਦਰ ਜਿਹੜੀ ਹੈ ਉਹ ਹੇਠਾਂ ਆਉਂਦੀ ਗੱਲ ਕਹੀ ਜਾ ਰਹੀ ਹੈ ਅਜਿਹੇ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਨੌਕਰੀਆਂ ਵਧਣ ਦੀ ਜਿਹੜੀ ਰਫਤਾਰ ਸੀ ਉਹ ਵੀ ਹੌਲੀ ਹੋਈ ਹੈ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜੌਬ ਮਾਰਕੀਟ ਜਿਹੜੀ ਹੈ ਉਸ ਦੇ ਉੱਤੇ ਸਖਤੀ ਦੇ ਨਾਲ ਜਿਹੜੀ ਹੈ ਉਹ ਆਖਰਖਣੀ ਪਵੇਗੀ ਤਾਂ ਕਿ ਇਹ ਡਿੱਗ ਰਹੇ ਮਿਆਰ ਨੂੰ ਫਿਰ ਤੋਂ ਉੱਚਾ ਚੁੱਕਿਆ ਜਾ ਸਕੇ ਤੇ ਕਿਤੇ ਨਾ ਕਿਤੇ ਜਿਹੜਾ ਅਨਇੰਪਲੋਇਮੈਂਟ ਹੈ बार-बार ਉਸ ਦੀ ਜੋ ਖਬਰ ਆ ਰਹੀ ਹੈ ਉਹਨੂੰ ਕਿਤੇ ਨਾ ਕਿਤੇ ਸੈਟਲ ਜਿਹੜਾ ਉਹ ਕੀਤਾ ਜਾ ਸਕੇ ਕੈਨੇਡਾ ਦੀ ਬੇਰੋਜ਼ਗਾਰੀ ਦਰ April ਵਿੱਚ ਘਟੋ-ਘਟ 1976 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੱਕ ਪਹੁੰਚਣ ਦੇ ਬਾਵਜੂਦ BC ਸਮੁੱਚੇ ਰਾਸ਼ਟਰੀ ਰੁਝਾਨ ਨਾਲ ਤਾਲ ਮਿਲ ਰਖਣ ਵਿੱਚ ਅਸਫਲ ਰਿਹਾ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਬੇਰੋਜ਼ਗਾਰੀ ਦੀ ਦਰ ਘਟ ਕੇ 5.2 ਫੀਸਦੀ ਰਹਿ ਗਈ ਹੈ ਹਾਲਾਂਕਿ ਸੁਭਾਈ ਤੌਰ ਤੇ BC ਦੀ ਦਰ ਵੱਧ ਕੇ 5.4 ਫੀਸਦੀ ਹੋ ਗਈ ਹੈ ਮਾਰਚ ਤੋਂ ਇਹ 5.1 ਫੀਸਦੀ ਦੇ ਨਾਲ BC ਵਿੱਚ ਲਗਭਗ 2000 ਨੌਕਰੀਆਂ ਦੀ ਕਮੀ ਦੇ ਬਾਵਜੂਦ ਪ੍ਰੋਵਿੰਸ ਨੇ ਕੈਨੇਡਾ ਦੀ ਆਰਥਿਕ ਰਿਕਵਰੀ ਦੀ ਅਗਵਾਈ ਕਰਨਾ ਜਾਰੀ ਰੱਖਿਆ ਹੈ BC ਨੌਕਰੀ ਤੇ ਆਰਥਿਕ ਰਿਕਵਰੀ ਦੇ ਮੰਤਰੀ ਰਵੀ ਕਾਲੋ ਨੇ ਕਿਹਾ ਹੈ ਕਿ ਇਹ ਸਿੱਧੇ 11 ਮਹੀਨਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਜਦੋਂ BC ਨੇ ਮਹਾਮਾਰੀ ਤੋਂ ਬਾਅਦ ਨੌਕਰੀਆਂ ਦੀ ਰਿਕਵਰੀ ਵਿੱਚ ਦੇਸ਼ ਦੀ ਅਗਵਾਈ ਕੀਤੀ ਜਿਸ ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਅੱਜ 92500 ਹੋਰ ਲੋਕ ਕੰਮ ਕਰ ਰਹੇ ਨੇ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਪ੍ਰਾਈਵੇਟ ਸੈਕਟਰ ਦੇ ਵਿੱਚ 49600 ਹੋਰ ਲੋਕ ਕੰਮ ਕਰ ਰਹੇ ਨੇ ਇਹ ਦੇਸ਼ ਵਿੱਚ ਸਭ ਤੋਂ ਉੱਚੇ ਨਿੱਜੀ ਖੇਤਰ ਦੇ ਰਿਕਵਰੀ ਦਰਾਂ ਵਿੱਚ ਇੱਕ ਹੈ ਬੀਸੀ ਦੀ ਬੇਰੋਜ਼ਗਾਰੀ ਦਰ ਵੀ ਕੈਨੇਡਾ ਵਿੱਚ ਸਭ ਤੋਂ ਘੱਟ ਯਾਨੀ 5.4 ਫੀਸਦੀ ਤੇ ਬਣੀ ਹੋਈ ਹੈ ਉਹਨਾਂ ਕਹਿੰਦੇ ਕਿ ਸਾਡੇ ਮਜ਼ਬੂਤ ਨੌਕਰੀਆਂ ਦੇ ਨੰਬਰਾਂ ਤੋਂ ਇਲਾਵਾ ਬੀਸੀ ਸਮੁੱਚੇ ਜੀਡੀਪੀ ਵਿਕਾਸ ਦੇ ਵਿੱਚ ਦੇਸ਼ ਦੀ ਅਗਵਾਈ ਕਰ ਰਿਹਾ ਹੈ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਨਵੇਂ ਆਂਕੜਿਆਂ ਤੋਂ ਪਤਾ ਲੱਗਦਾ ਹੈ ਕਿ ਬੀਸੀ 2021 ਵਿੱਚ ਸ ਰੇ ਪ੍ਰਾਂਤਾਂ ਵਿੱਚ ਸਭ ਤੋਂ ਵੱਧ ਅਸਲ ਜੀਡੀਪੀ ਵਾਧਾ ਸੀ ਜੋ 6.0 ਫੀਸਦੀ ਵਧ ਰਿਹਾ ਸੀ ਜਦੋਂ ਕਿ ਬਹੁਤ ਸਾਰੇ ਸੈਕਟਰ ਮਜ਼ਬੂਤੀ ਨਾਲ ਠੀਕ ਹੋ ਰਹੇ ਨੇ ਕੁਝ ਲੋਕ ਚੁਣੌਤੀਆਂ ਦਾ ਸਾਹਮਣਾ ਕਰਦੇ ਰਹਿੰਦੇ ਨੇ ਅਸੀਂ ਲੋਕਾਂ ਨੂੰ ਉੱਚਾ ਚੁੱਕਣ ਲਈ ਸਾਰਥਕ ਤਾਕਤ ਦੀ ਵਰਤੋਂ ਜਾਰੀ ਰੱਖਣ ਲਈ ਦ੍ਰਿੜਾ ਕਾਲੋ ਨੇ ਪ੍ਰਣਾਲੀਗਤ ਨਸਲਵਾਦ ਦੇ ਵਿਰੋਧ ਸੂਬੇ ਦੀ ਲੜਾਈ ਦੇ ਨਾਲ ਹੀ ਸੇਰ ਦੇ ਪਾਲ ਵਰਗੇ ਖੇਤਰਾਲੇ ਸਮਰਥਨ ਵੱਲ ਇਸ਼ਾਰਾ ਕੀਤਾ ਕਿਉਂਕਿ ਇਹ ਆਰਥਿਕ ਰਿਕਵਰੀ ਤੇ ਵਿਕਾਸ ਵਿੱਚ ਮਦਦ ਕਰਨ ਲਈ ਚੁੱਕੇ ਜਾ ਰਹੇ ਉਪਾਅ ਨੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਬੇਰੁਜ਼ਗਾਰੀ ਦਰ April ਵਿੱਚ 8.1 ਫੀਸਦੀ ਰਹਿ ਕੇ ਕੋਈ ਬਦਲਾਅ ਨਹੀਂ ਹੋਇਆ ਨਿਊ ਬ੍ਰਾਂਸਵਿਕ ਨੇ 7% ਦੀ ਦਰ ਦੇ ਨਾਲ ਪਾਲਣਾ ਕੀਤੀ ਮਾਰਚ ਵਿੱਚ 7.7% ਤੋਂ ਘਟ ਜਦੋਂ ਕਿ ਨੋਵਾ ਸਕੋਸ਼ੀਆ ਨੇ ਇਸ ਦੀ ਦਰ ਘਟਾ ਕੇ 6% ਤੱਕ ਵੇਖੀ ਜੋ ਮਹੀਨੇ ਪਹਿਲਾਂ 6.5% ਤੋਂ ਘਟ ਸੀ ਅਨਟੈਰੀਓ ਬੀਸੀ ਦੇ ਬਰਾਬਰ ਸੀ ਅਪ੍ਰੈਲ ਵਿੱਚ 5.4% ਦੇ ਨਾਲ ਜਦੋਂ ਕਿ ਸਸਕਾਚੁਆਨ ਨੇ ਮਾਰਚ ਵਿੱਚ 5% ਤੋਂ ਪਿਛਲੇ ਮਹੀਨੇ 5.5% ਤੱਕ ਇਸ ਦੀ ਦਰ ਵਿੱਚ ਮਾਮੂਲੀ ਵਾਧਾ ਦੇਖਿਆ ਇਸ ਦੌਰਾਨ ਅਲਬਰਟਾ ਨੇ ਪਿਛਲੇ ਮਹੀਨੇ ਹਜ਼ਾਰਾਂ ਨੌਕਰੀਆਂ ਜੋੜੀਆਂ ਇਸ ਦੀ ਬੇਰੋਜ਼ਗਾਰੀ ਦਰ 6.5% ਤੋਂ ਵੱਧ ਕੇ 5.9% ਦੀ ਹੋ ਗਈ ਕੁੱਲ ਮਿਲਾ ਕੇ ਕੈਨੇਡਾ ਨੇ ਅਪ੍ਰੈਲ ਦੇ ਵਿੱਚ 15300 ਨੌਕਰੀਆਂ ਸ਼ਾਮਿਲ ਕੀਤੀਆਂ ਬੈਂਕ ਆਫ ਮੋਂਟਰੀਅਲ ਦੇ ਮੁਖ ਅਰਥਸ਼ਾਸਤਰੀ ਡਗ ਪਾਟਰ ਨੇ ਕਿਹਾ ਹੈ ਕਿ ਰਾਸ਼ਰੀ ਪੱਧਰ ਤੇ ਰੋਜ਼ਗਾਰ ਦੇ ਵਿੱਚ ਮੱਧਮ ਲਾਭ ਬਹੁਤ ਜ਼ਿਆਦਾ ਆਮ ਸਥਿਤੀਆਂ ਦਾ ਸੰਕੇਤ ਹੈ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਵੀ ਹੈ ਜਿੱਥੇ ਨਵੇਂ ਕਾਮਯਾਬੀ ਸਪਲਾਈ ਵਿਕਾਸ ਲਈ ਜਿਹੜੀ ਹੈ ਉਹ ਬਾਈਡਿੰਗ ਰਿਕਵਰਡ ਬਣ ਸਕਦੀ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਸੰਕੇਤ ਹਾਲ ਹੀ ਦੇ ਮਹੀਨਿਆਂ ਵਿੱਚ ਵਾਧਦੀ ਤੰਗ ਲੇਬਰ ਮਾਰਕੀਟ ਵੱਲ ਇਸ਼ਾਰਾ ਕਰਦੇ ਨੇ ਜਿਸ ਵਿੱਚ ਪਾਰਟ ਟਾਈਮ ਕਾਮਯਾਬੀ ਗਿਣਤੀ ਵਿੱਚ ਕਮੀ ਵੀ ਸ਼ਾਮਿਲ ਹੈ ਜੋ ਫੁੱਲ ਟਾਈਮ ਕੰਮ ਨੂੰ ਤਰਜੀ ਦਿੰਦੇ ਨੇ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ